벌게. 이거 하나 벌. 이거 5,000원 더 하면 더 내가. 그럼 내가 맞을게요. 내가. 에 맞을게. 엄마야. नाम हरजीत कौर है। हाँ, ये किस तरह तुरंत लाता खाशा ये इतने मैं कोठे तक कपड़े लाऊं चढ़े सी थे मेरी पापी निंदरपाल कौर ने मैंने करे बुलाया मैं ना दे कपड़े वो कंजी मैं ना होना मैंने कपड़े बुलाया मैं कपड़े फ्रान गई ते अंदर मैं कपड़े फ्रान लगी ते अंदर उन्हें गवांडी ना मुंडा शदीप दिता ते उन्हें अर्शदीप ने मैंने धक्केबाज ना बल्क बलात्कार किया। मैं बहुत बुआ खड़काया पर निंदरपाल ने बुआ नहीं खोलिया। हौली हौली मेरी मम्मी लभदी लभदी मेरी भाभी घरे आई तो उन्होंने बुआ खड़काया पर भाभी मेरी ने बुआ नहीं खोलिया ते वो मुंडा पौड़ी ला के आपदे कोठे ते चढ़ गया ते पुलिस ने इस बारे मामला दर्ज करता। हाँ ते तुसी की मांग करदे हो? मैं मंग कर दिया कि इस दोषियों नूं छेती तो छेती फड़िया जाए तो उन्होंने फांसी सजा दी। जो मैं बहुत गरीब घर की लड़की हाँ तो जिहड़ा धक्का साढ़े नाल होया मैं चाहनी हाँ कि ये अगे तो किसी गरीब घर किसी भी दी लड़की नाल ये धक्केबाजी ना की जाए। ਇਹ ਥਾਣੇ ਆਰਫਕ ਦੇ ਵਿੱਚ ਇੱਕ ਮਾਈਨਰ ਲੜਕੀ ਸੀਗੀ ਉਹਦੇ ਨਾਲ ਇਹ ਘਟਨਾ ਹੋਈ ਹੈ। ਇਹਦੇ ਵਿੱਚ ਜਿਹੜਾ ਕੇਸ ਦਰਜ ਕਰ ਲਿਆ ਗਿਆ ਇੱਕ ਤਾਂ ਲੜਕੇ ਦੇ ਖਿਲਾਫ ਇੱਕ ਉਹਦੀ ਜਿਹੜੀ ਭਰਜਾਈ ਹੈਗੀ ਹੈ ਅਤੇ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ। ਮੌਕੇ ਤੋਂ ਜਿਹੜਾ ਲੜਕਾ ਹੈਗਾ ਫਰਾਰ ਹੋ ਗਿਆ ਸੀ ਜਿਹਦੀ ਤਲਾਸ਼ ਜਾ ਰਹੀ ਹੈ। ਜਲਦੀ ਹੀ ਅਸੀਂ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਵਾਂਗੇ। ਕਿਹੜੇ ਪਿੰਡ ਦਾ ਮਾਮਲਾ ਸਰ? ਇਹ ਆਰਫਕ ਥਾਣੇ ਦਾ ਪਿੰਡ ਹੈਗਾ ਜੀ। ਬੱਗੇ ਕੇ ਬੱਗੇ ਕੇ ਪਿੱਪਲ। ਹਾਂਜੀ ਹਾਂਜੀ। ਅਤੇ ਲੜਕਾ ਜੇ ਫਰਾਰ ਹੈ ਸਰ? ਲੜਕਾ ਫਰਾਰ ਹੈ ਜੀ, ਤਲਾਸ਼ ਜਲਦੀ ਉਹਨੂੰ ਅਸੀਂ ਕਾਬੂ ਕਰ ਲਾਂਗੇ। ਠੀਕ, ਥੈਂਕ ਯੂ। ਮੇਰਾ ਨਾਮ ਵੀਰੋ ਜੀ। ਹਾਂ, ਇਹ ਕੀ ਲੱਗਦੇ ਸੀ ਤੁਹਾਡੇ? ਇਹ ਮੇਰੀ ਲੜਕੀ ਸੀ ਜੀ। ਅਤੇ ਕਿਸ ਤਰ੍ਹਾਂ ਇਹਨਾਂ ਨਾਲ ਜ਼ਬਰਦਸਤੀ ਜੀ? ਇਹਨਾਂ ਨੂੰ ਕੁੜੀਆਂ ਘਰ ਬੁਲਾ ਕੇ ਕੁੜੀ ਨੂੰ ਕਹਿੰਦੀ ਕੱਪੜੇ ਫੜਾ, ਕੁੜੀ ਅੰਦਰ ਵੜੀ, ਅੰਦਰ ਮੁੰਡਾ ਪਾਇਆ ਹੋਇਆ ਸੀ। ਮੁੜ ਕੇ ਇਹਨਾਂ ਨੇ ਅੱਗੋਂ ਬਾਹਰੋਂ ਬੂਹਾ ਲਾ ਲਿਆ ਆਪਦੇ ਕਮਰੇ ਦਾ, ਬੂਹਾ ਲਾ ਕੇ ਬਾਹਰ ਲਾ ਕੇ ਗੇਟ ਵੀ ਲਾ ਗਏ। ਕੁੜੀ ਨੂੰ ਨਹੀਂ ਅੰਦਰੋਂ ਬਾਹਰ ਨਿਕਲਣ ਦਿੱਤਾ। ਬਹੁਤ ਧੱਕੇ ਛਾਈ ਕਰਾਈ, ਧੱਕੇ ਛਾਈ ਕਰਾ ਕੇ ਮੁੜ ਕੇ ਮੈਂ ਬੂਹਾ ਖੜਕਾਇਆ ਵੀ ਨਿੰਦਰਪਾਲ ਬੂਹਾ ਖੋਲ, ਮੇਰੀ ਲੜਕੀ ਇੱਧਰ ਆਈ, ਇਹਨੇ ਬੂਹਾ ਨਹੀਂ ਖੋਲਿਆ ਜੀ। ਮੈਂ ਬਹੁਤ ਤਰਲੇ ਲਾਏ ਨੇ, ਮੈਂ ਇੱਥੋਂ ਵੇਖਿਆ ਬਾਹਰ ਖੱਪਾ ਹੈਗਾ, ਉਹਦੇ ਥਾਣੀ ਵੇਹਦੀ ਰਹੀ, ਮੁੰਡਾ ਉੱਤੇ ਚੜਿਆ ਕੋਠੇ 'ਤੇ ਬਾਹਰ ਜਦੋਂ ਨਿਕਲਿਆ। ਮੁੰਡਾ ਕੌਣ ਸੀ? ਮੁੰਡਾ ਉਹਨਾਂ ਦਾ ਗਵਾਂਢੀ ਹੈ ਜੀ, ਅਰਸ਼ਦੀਪ ਜੀ। ਕੋਠੇ 'ਤੇ ਚੜਿਆ ਜਦੋਂ ਪੌੜੀ ਥਾਣੀ, ਇਹ ਪੌੜੀ ਲਾਹ ਕੇ ਅਤੇ ਥੱਲੇ ਰੱਖ ਕੇ ਲੰਮੀ ਪਾ ਕੇ ਪੌੜੀ ਜੀ, ਮੁੜ ਕੇ ਇਹਨੇ ਕੁੜੀ ਨੂੰ ਬਾਹਰ ਕੱਢਿਆ, ਮੇਰੀ ਕੁੜੀ ਨੇ ਆਣ ਕੇ ਬਾਹਰਲਾ ਗੇਟ ਖੋਲਿਆ ਜੀ। ਕੁੜੀ ਨੇ ਰੌਲਾ ਪਾਇਆ? ਕੁੜੀ ਨੇ ਬਹੁਤ ਰੌਲਾ ਪਾਇਆ ਜੀ, ਇਹਨੇ ਬੂਹਾ ਨਹੀਂ ਖੋਲਿਆ। ਇਸ ਤੋਂ ਬਾਅਦ ਪੁਲਿਸ ਨੂੰ ਕੋਈ ਤਲਾਹ ਦਿੱਤੀ ਸੀ? ਨਹੀਂ ਜੀ, ਅਸੀਂ ਪਹਿਲਾਂ ਨਹੀਂ ਪੁਲਿਸ ਨੂੰ ਤਲਾਹ ਦਿੱਤੀ ਸੀ, ਪਹਿਲਾਂ ਉਹਦੀ ਮਾਂ ਨੇ ਦਿੱਤੀ ਸੀ। ਹਾਂਜੀ, ਫਿਰ ਅਸੀਂ ਪੁਲਿਸ ਨੂੰ ਤਲਾਹ, ਅਸੀਂ ਮਗਰੋਂ ਦਿੱਤੀ ਤਲਾਹ ਜੀ। ਅੱਛਾ, ਅਤੇ ਪੁਲਿਸ ਨੇ ਕਾਰਵਾਈ ਕਰਤੀ? ਪੁਲਿਸ ਨੇ ਕਰਤੀ। ਤਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਨੇ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਫੜਿਆ ਜਾਵੇ, ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਜੋ ਇਹਨਾਂ ਨੇ ਸਾਡੇ ਨਾਲ ਕੀਤਾ ਬੰਦ ਦੀ ਕਾਰਵਾਈ ਕੀਤੀ ਜਾਵੇ, ਜੋ ਸਾਨੂੰ ਧਮਕੀਆਂ ਦਿੰਦੇ ਨੇ ਉਹਨਾਂ ਨਾਲ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ। ਪਿੰਡ ਦੇ ਬੰਦੇ ਵੀ ਅਤੇ ਘਰ ਵਾਲੇ ਵੀ ਸਾਨੂੰ ਧਮਕੀਆਂ ਦਿੰਦੇ, ਧਮਕਾ ਰਹੇ ਨੇ ਸਾਨੂੰ, ਸਾਡੇ ਜ਼ਖਮਾਂ 'ਤੇ ਲੂਣ ਪਾਉਂਦੇ ਨੇ, ਅਸੀਂ ਲੂਣ ਨਹੀਂ ਅੱਗੋਂ ਧਮਕੀਆਂ ਨਾਲ ਸਾਨੂੰ ਉਹਦੇ ਪਰਚਾ ਵਾਪਸ ਲਵੋ। ਅਸੀਂ ਨਿਆਂ ਵੀ ਇਹਨਾਂ ਨੂੰ ਸਾਰੇ ਆਉਂਦੇ ਹੋਏ ਸਾਡੇ ਨਾਲ ਇਹਨਾਂ ਨੇ ਬਹੁਤ ਧੱਕਾ ਕੀਤਾ, ਸਾਨੂੰ ਇਨਸਾਫ ਨਹੀਂ ਦਿੰਦੇ ਜੀ।